ਅੱਜ ਦੀ ਵੀਡੀਓ ਮੈਂ ਆਪਣੇ ਦੋਸਤਾਂ ਵਾਸਤੇ ਜਿਹੜੇ ਦੋਸਤ ਮਜ਼ਦੂਰੀਆਂ ਕਰਦੇ ਖੇਤਾਂ ਦੇ ਵਿੱਚ ਉਹਨਾਂ ਵਾਸਤੇ ਬਣਾਉਣ ਲੱਗਾ ਕਿ ਇਹ ਜਿਹੜੇ ਵੀ ਦੋਸਤ ਮੇਰੇ ਇਹ ਵੀਡੀਓ ਦੇਖਦੇ ਆ ਵਟਸਐਪ 'ਤੇ ਯੂਟਿਊਬ 'ਤੇ ਇਹ ਉਹਨਾਂ ਵਾਸਤੇ ਉਹਨਾਂ ਨੂੰ ਜ਼ਰੂਰ ਪਹੁੰਚਾਉਣ। ਇਹ ਗੋਡੀ ਵਾਲੀ ਮਸ਼ੀਨ ਆ ਜਿਹੜੀ ਮੇਰੇ ਪਿੱਛੇ ਚੱਲਦੀ ਆ, ਗੋਡੀ ਵਾਲੀ ਮਸ਼ੀਨ ਬਹੁਤ ਕੰਮ ਦੀ ਆ। ਦੋ ਜਣੇ ਰਲ ਕੇ ਲੈ ਲਓ, ਇਕੱਲੇ ਕੋ ਪੈਸੇ ਹੋਣ ਇਕੱਲੇ ਇਕੱਲਾ ਲੈ ਲਓ, ਨੰਬਰ ਵੀ ਮੈਂ ਨਾਲ ਦੇ ਦਿੰਦਾ ਵਾ ਜਿਹਨਾਂ ਕੋ ਇਹ ਲਾਹੌਰ ਮਸ਼ੀਨਾਂ ਹੈਗੀਆਂ। ਇਹ ਬਹੁਤ ਸਾਈਜ਼ ਲੱਭਦੇ, ਛੋਟੇ ਵੱਡੀਆਂ ਜਿੰਨੀ ਮਰਜ਼ੀ ਜਿੱਦਾਂ ਦੀ ਮਰਜ਼ੀ ਲੈ ਲਓ। 2 ਲੀਟਰ ਪੈਟਰੋਲ ਜਿਹੜਾ ਵਾ ਇਹ ਲੱਗਦਾ ਕਿੱਲੇ ਨੂੰ, ਅਤੇ 1 ਕਿੱਲੇ ਦੀ ਜਿਹੜੀ ਆ ਉਹ ਗੋਡੀ ਦੇ ਕਿੰਨੇ ਪੈਸੇ ਲੈਂਦੇ ਆ ਇਹ ਸਾਰੇ ਦੋਸਤਾਂ ਨੂੰ ਪਤਾ ਵਾ ਵੀ ਕਿੰਨੇ ਲੈਂਦੇ ਆ। 1 ਘੰਟਾ 2 ਘੰਟੇ ਇਹ ਲੱਗਦੇ ਆ, ਕਿੱਲਾ ਗੋਡੀ ਹੋ ਜਾਂਦੀ ਹੈ। ਗੋਡੀ ਵੀ ਬਹੁਤ ਬਿਹਤਰੀਨ ਆ, ਰੱਬਿਆਂ ਨਾਲ ਗੋਡੀ ਕਰਨ ਨਾਲੋਂ ਇਹ ਬਹੁਤ ਬਿਹਤਰੀਨ ਆ। ਇਹ ਜਿੱਦਾਂ ਹੁਣ ਦੋਸਤ ਬਾਹਰ ਜਾਣ ਵਾਸਤੇ 5-5, 10-10 ਲੱਖ ਰੁਪਈਆ ਲਾਉਂਦੇ ਆ ਬਾਹਰ ਜਾਣ ਨੂੰ, ਵੀਜ਼ੇ ਲੈਂਦੇ ਆ, ਇਹ ਇੱਕ ਬਾਹਰ ਜਾਣ ਦੀ ਲੋੜ ਹੀ ਨਹੀਂ, ਘਰ ਦੇ ਵਿੱਚ ਇਹ ਗੋਡੀ ਵਾਲੀ ਮਸ਼ੀਨ ਇੰਨੀ ਬਿਹਤਰੀ ਨਾ ਤੁਹਾਨੂੰ ਇਹਦੇ 3-4 ਮਹੀਨਿਆਂ 'ਚ ਪੈਸੇ ਪੂਰੇ ਕਰ ਲਓ। ਦੋਸਤੋ ਇਹ ਇੱਕ ਬਿਜ਼ਨਸ ਹੀ ਆ, ਬਾਹਰ ਜਾਣਾ ਤੁਸੀਂ ਭੁੱਲ ਜਾਓਗੇ ਜੇ ਤੁਸੀਂ ਇਹਨੂੰ ਲੈ ਲਓ, ਕਿਉਂਕਿ ਹੁਣ ਤਾਂ ਮਜ਼ਦੂਰ ਲੱਭਦੇ ਹੀ ਨਹੀਂ। ਮਜ਼ਦੂਰ ਸਬਜ਼ੀਆਂ ਜਿੱਥੇ ਜਿਹੜੇ ਦੋਸਤਾਂ ਨੇ ਸਬਜ਼ੀਆਂ ਲਾਈਆਂ ਉਹ ਗੋਡੀ ਕਰਨ ਵਾਸਤੇ ਮਜ਼ਦੂਰ ਤਾਂ ਲੱਭਦੇ ਹੀ ਨਹੀਂ। ਮਜ਼ਦੂਰ ਜ਼ਿਆਦਾ ਸਾਡੇ ਜਿਹੜੇ ਆ ਉਹ ਛੋਟੇ ਸ਼ਹਿਰਾਂ 'ਚੋਂ ਵੱਡੇ ਸ਼ਹਿਰਾਂ 'ਚ ਚਲ ਜਾਂਦੇ ਆ, ਉੱਥੇ ਚੰਗੀ ਦਿਹਾੜੀ ਲੱਭ ਜਾਂਦੀ ਆ, ਉੱਥੇ ਚਲ ਜਾਂਦੇ ਆ, ਉਹ ਵੀ ਬੜੀ ਔਖੀ ਦਿਹਾੜੀ ਲੱਗਦੀ ਆ, 1000 ਰੁਪਈਆ ਦਿਹਾੜੀ ਆ ਵੱਡੇ ਸ਼ਹਿਰਾਂ 'ਚ, ਛੋਟੇ ਸ਼ਹਿਰਾਂ 'ਚ 700-800 ਰੁਪਈਆ ਵਾ, ਅਤੇ ਉਹ ਬੜੀ ਮੁਸ਼ਕਲ ਆ। ਇੱਟਾਂ ਚੜ੍ਹਾਉਣੀਆਂ, ਇੱਟਾਂ ਉੱਤੇ ਸੁੱਟਣੀਆਂ, ਗਾਰਾ ਸੁੱਟਣਾ, ਸੀਮੈਂਟ ਬਣਾਉਣਾ, ਬੜਾ ਔਖਾ ਕੰਮ ਆ। ਅਗਰ ਇਹ ਮਸ਼ੀਨ ਬਣਾ ਲਈ ਜਾਵੇ ਇਹ ਬੜਾ ਸੌਖਾ ਕੰਮ ਆ। ਗੋਡੀ ਵੀ ਬੜੀ ਬਿਹਤਰੀਨ, ਰੱਬਿਆਂ ਨਾਲ ਗੋਡੀ ਬੜੀ ਬਿਹਤਰੀਨ ਹੁੰਦੀ ਆ, ਅਤੇ ਇਹ ਸੌਖਾ ਕੰਮ ਆ। ਇੱਕ ਦਫਾ ਪੈਸੇ ਲਾ ਲਓ, ਇਹਦੀ ਮਸ਼ੀਨ ਦੀ ਸਾਂਭ ਕਰੋ, ਇਹ ਖਰਾਬ ਹੀ ਨਹੀਂ ਹੁੰਦੀ। ਚੀਜ਼ ਸਾਂਭਣ ਨਾਲ ਦੋਸਤੋ ਇਸ ਦੌਰ ਦੇ ਵਿੱਚ ਜਿੰਨਾ ਕੋਈ ਬੰਦਾ ਪੈਸਾ ਕਮਾਵੇ ਉਨਾ ਹੀ ਥੋੜ੍ਹਾ। ਬਾਹਰ ਜਾ ਕੇ ਬਾਹਰ ਕਿਹੜੇ ਦਰਖਤਾਂ ਨਾਲ ਲੱਗੇ ਪੈਸੇ ਜਿਹੜੇ ਤੋੜ ਲੈਣੇ ਆ, ਉੱਥੇ ਵੀ ਰਾਤ ਦਿਨ ਮਸ਼ੀਨ ਬਣਨਾ ਪੈਂਦਾ, ਭੁੱਖੇ ਰਹਿ ਕੇ ਜਿਹੜੇ ਕੁਛ 4 ਪੈਸੇ ਘਰ ਨੂੰ ਘਰ ਹੁੰਦੇ ਆ, ਅਤੇ ਜਦੋਂ ਘਰ ਆਉਂਦਾ ਵਾ ਉਹ ਸਭ ਕੁਝ ਨਿਬੜਿਆ ਹੁੰਦਾ। ਅਤੇ ਇਹ ਘਰ ਦੇ ਵਿੱਚ ਆ, ਘਰ ਵੀ ਆਪਣਾ ਧਿਆਨ ਰੱਖੋਗੇ ਅਤੇ ਇਹ ਆਪਣਾ ਕਾਰੋਬਾਰ ਵੀ ਕਰੋਗੇ। ਅਤੇ ਦੋਸਤੋ ਇਹ ਪਤਾ ਕਰੋ, ਮਸ਼ੀਨ ਦੇਖੋ, ਗੋਡੀ ਵਾਲੀ ਮਸ਼ੀਨ ਆ, ਇਹਦਾ ਪਤਾ ਕਰੋ ਕਿੰਨੇ ਦੀ ਮਿਲਦੀ ਆ, ਕਿੱਥੋਂ ਮਿਲਦੀ ਆ, ਸਾਰਾ ਕੁਛ ਤੁਹਾਨੂੰ ਨੰਬਰ ਮੈਂ ਉੱਥੇ ਦੇ ਦਿੰਦਾ। ਪਰ ਇਹਦਾ ਜਿਹਦੇ ਜਿਹਦੇ ਕੋਈ ਮਸ਼ੀਨਾਂ ਆਈਆਂ ਨਾ ਲਾਹੌਰ ਦੇ ਵਿੱਚ ਵਾ, ਉਦੋਂ ਇਹਦਾ ਦੇ ਦਿੰਦਾ। ਇਹ ਡਸਕਿਓ ਵੀ ਲੱਭਦੀਆਂ, ਫੈਸਲਾਬਾਦ ਤੋਂ ਵੀ ਲੱਭਦੀਆਂ ਹੋਣੀਆਂ, ਅਤੇ ਬਹੁਤ ਚੰਗਾ ਕਿਸੇ ਨੇ ਕੀਤਾ ਜਿਹੜੀ ਇਹ ਮਸ਼ੀਨਾਂ ਲਿਆਉਂਦੀਆਂ। ਇਹ ਵੱਡੀਆਂ ਛੋਟੀਆਂ ਵੀ ਲੱਭਦੀਆਂ, ਜਿਹੜੇ ਦੋਸਤ ਜਿਹਨਾਂ ਦੇ ਬਾਗ ਲੱਗੇ ਆ ਉਹਨਾਂ ਵਾਸਤੇ ਬਹੁਤ ਬਹੁਤ ਹੀ ਬਿਹਤਰੀਨ ਆ।
ਦਰਖਤ ਜਿਹੜੇ ਨਾ ਹੁਣ ਬੂਟੇ ਦੇ ਥੱਲੇ ਵੜ ਕੇ ਗੋਡੀ ਕਰਨੀ ਬੜੀ ਔਖੀ ਆ। ਜਦੋਂ ਕਈ ਲੈ ਕੇ ਥੱਲੇ ਵੜਦੇ ਹੋ, ਸੌ ਇਹੋ ਜਿਹੀਆਂ ਕਿਸੇ ਅੱਖ 'ਚ ਲੱਗ ਗਈ, ਕਿਤੇ ਕੰਡਾ ਲੱਗ ਗਿਆ, ਕਿਤੇ ਕੁਛ ਹੋ ਗਿਆ, ਇਹਦੇ ਨਾਲ ਹੈਗੇ ਆ ਤਾਂ ਥੱਲੇ ਫੇਰੋ, ਗੋਡੀ ਕਰ ਲਓ। ਅਤੇ ਇਹ ਇਹਦੇ ਨਾਲ ਦੋ ਤਿੰਨ ਕਿੱਲੇ ਬੰਦਾ ਸੌਖਾ ਹੀ ਕਰ ਲੈਂਦਾ ਗੋਡੀ। ਅਤੇ ਬੂਟਿਆਂ ਦਾ ਵੀ ਹੁਣ ਅੰਬਾਂ ਦੇ ਬੂਟੇ ਆ, ਕਿੰਨੂਆਂ ਦੇ ਬੂਟੇ ਆ, ਉਹਨਾਂ ਨੂੰ ਗੋਡੀ ਕਰਾਂਗੇ ਤਾਂ ਉਹਨਾਂ ਨੂੰ ਫਲ ਚੰਗਾ ਲੱਗਦਾ। ਅਤੇ ਇਹ ਦੋਸਤੋ ਇਹ ਮਸ਼ੀਨ ਦੇਖ ਕੇ ਅਤੇ ਲਵੋ, ਹਰ ਬਾਗ ਵਾਸਤੇ ਹੀ ਬਹੁਤ ਬਿਹਤਰੀਨ ਆ, ਅਤੇ ਜਿਹੜੇ ਸਬਜ਼ੀ ਲਾਉਂਦੇ ਉਹਨਾਂ ਵਾਸਤੇ ਬਿਹਤਰੀਨ ਆ। ਵੈਸੇ ਵੀ ਜਿਹੜੇ ਦੂਸਰੇ ਹੋਰ ਜਿਹੜੇ ਨਹੀਂ ਸਬਜ਼ੀਆਂ ਲਾਉਂਦੇ, ਜਿਹੜੇ ਨਰਮਾ ਲਾਉਂਦੇ ਆ, ਉਹਨਾਂ ਵਾਸਤੇ ਬਹੁਤ ਬਿਹਤਰੀਨ ਆ। ਉਹ ਦੇਖੋ ਇੱਕ ਟਰੈਕਟਰ ਨਾਲ ਪਿੱਛੇ ਹਲ ਪਾਉਣੇ ਆ, ਉਹਨਾਂ ਗੋਡੀ ਕਰਨੀ ਆ, ਅਤੇ ਕਈ ਗੋਡੀ ਹੁਣ ਕਰਦੇ ਹੀ ਨਹੀਂ, ਮੱਕੀ ਨੂੰ ਗੋਡੀ ਨਹੀਂ ਕਰਦੇ। ਇਹ ਅਗਰ ਦੇਖੋ ਸਿਆਣੇ ਕਹਿੰਦੇ ਹੁੰਦੇ ਸੀਗੇ, ਜਿੰਨੀ ਗੋਡੀ ਉਹਨੇ ਡੋਡੀ, ਅਤੇ ਇਹ ਅਗਰ ਗੋਡੀ ਕਰੋਗੇ ਹੋਰ ਪੈਦਾਵਾਰ ਵਧੂਗੀ। ਮੱਕੀ ਦੀ ਵੀ ਗੋਡੀ ਕਰੋ, ਕਮਾਦ ਦੀ ਵੀ ਗੋਡੀ ਕਰੋ, ਅਤੇ ਇਹ ਨਰਮੇ ਦੀ ਵੀ ਗੋਡੀ ਕਰੋ। ਅਤੇ ਦੋਸਤੋ ਇਹ ਮਸ਼ੀਨ ਇੰਨੇ ਕੰਮ ਦੀ ਆ। ਸਾਰੇ ਦੇਖੋ ਜਿਹੜੇ ਦੋਸਤ ਜ਼ਿਮੀਂਦਾਰਾਂ ਕਰਦੇ ਆ, ਉਹਨਾਂ ਸਾਰਿਆਂ ਵਾਸਤੇ ਚੰਗੀ ਆ। ਕੋਈ ਨਾ ਕੋਈ ਫਸਲ ਤਾਂ ਲਾਉਂਦੇ ਆ ਗੋਡੀ ਕਰਨ ਵਾਲੀ, ਉਹਨਾਂ ਵਾਸਤੇ ਬਹੁਤ ਚੰਗੀ ਆ। ਇਹ ਜਿਹੜੇ ਖਾਸ ਤੌਰ 'ਤੇ ਮੇਰੇ ਜਿਹੜੇ ਦੋਸਤ ਮਜ਼ਦੂਰੀ ਕਰਦੇ ਆ, ਠੇਕੇ ਲੈਂਦੇ ਆ, ਜਾਂ ਗੋਡੀ ਗਾਡੀ ਕਰਦੇ ਆ, ਉਹਨੇ ਟੀਮ ਬਣਾਈ ਹੋਈ ਆ ਗੋਡੀ ਕਰਨ ਨੂੰ, ਅਤੇ ਉਹ ਇੱਕ ਬੰਦਾ ਹੀ ਉਹ ਟੀਮ ਆਪਣੀ ਬਣਾ ਲੈਂਦਾ, ਇੱਕ ਬੰਦਾ ਹੀ ਉਹ ਗੋਡੀ ਕਰਨ ਬਣਾਉਂਦਾ। ਉਹ ਦੇਖੋ ਔਖੇ ਸੌਖੇ ਹੋ ਗਏ, ਇੱਕ ਮਸ਼ੀਨ ਲੈ ਕੇ ਦੇਖੋ ਕਿੰਨਾ ਫਾਇਦਾ। ਕਈਆਂ ਦੋਸਤਾਂ ਨੇ ਬਣਾਈ ਹੈ ਲਾਹੌਰ ਦੇ ਲਾਗੇ, ਮੈਂ ਦੇਖੇ ਆ ਉਹਨਾਂ ਨੇ ਮਸ਼ੀਨਾਂ ਬਣਾਈ, ਕਦੇ ਦੋ ਤਿੰਨ ਤਿੰਨ ਮਸ਼ੀਨਾਂ ਬਣਾ ਲਈਆਂ। ਦਸਕੇ ਦੇ ਕੋਲ ਮੈਂ ਦੇਖਿਆ ਵੀ ਇੱਕ ਬੰਦੇ ਨੇ ਉਹ ਸਾਊਦੀ ਅਰਬ ਜਾਣ ਦਾ ਪੈਸੇ ਖਰਚ ਕਰਦਾ ਫਿਰਦਾ ਹੈਗਾ, ਉਹਨੇ ਜਦੋਂ ਦੇਖਿਆ ਵੀਜ਼ਾ ਨਹੀਂ ਲੱਗਦਾ, ਉਹਨੇ ਉਹਨਾਂ ਪੈਸਿਆਂ ਦੀ ਇੱਕ ਮਸ਼ੀਨ ਲੈ ਲਈ, ਪੈਸੇ ਬਚ ਵੀ ਗਏ। ਅਤੇ ਉਹਨੇ ਉਹ ਇੱਕ ਦੀ ਇੱਕ ਦੋ ਬਣਾ, ਦੋ ਬਣਾ, ਤਿੰਨ ਬਣਾ, ਪੰਜ ਮਸ਼ੀਨਾਂ ਬਣਾਈਆਂ, ਤਾਂ ਚੰਗੀ ਭਰੀ ਕਮਾਈ ਕਰਦਾ। ਕੋਈ ਨਹੀਂ ਤਾਂ ਬਲੈਤ ਜਾ ਕੇ ਵੀ ਨਹੀਂ ਕੰਮ ਹੁੰਦਾ ਵੀ ਜਿੰਨਾ ਇੱਥੇ ਇਹ ਹੋ ਜਾਂਦਾ, ਅਤੇ ਬਲੈਤ ਜਾ ਕੇ ਹੁਣ ਬਲੈਤ ਉਹਦਾ ਸੌਖਾ ਜਾਣਾ ਹੁੰਦਾ, 30-35 ਲੱਖ ਰੁਪਈਆ ਲਾਓ ਅਤੇ ਫਿਰ ਜਾਓ। ਅਤੇ ਇੱਥੇ ਮਸ਼ੀਨ ਤੁਸੀਂ ਕਿੰਨੇ ਜਾਓਗੇ, ਲੱਖ ਰੁਪਏ ਜੀ, ਬਹੁਤ ਹੱਦ ਹੋਊਗਾ ਵੀ। ਇਹ ਦੋਸਤੋ ਇਹ ਦੇਖੋ ਮਸ਼ੀਨ, ਇਹ ਸਾਰਿਆਂ ਵਾਸਤੇ ਬਹੁਤ ਵਧੀਆ ਮਸ਼ੀਨ ਆ। ਇਹ ਸਾਰੇ ਜ਼ਿਮੀਂਦਾਰ ਕੋਈ ਨਾ ਕੋਈ ਸਬਜ਼ੀਆਂ ਤਾਂ ਲਾਉਂਦੇ ਹੀ ਨਾ, ਕਮਾਦ ਲਾਉਂਦੇ ਆ, ਮੱਕੀ ਲਾਉਂਦੇ ਆ, ਆਲੂ ਲਾਉਂਦੇ ਆ, ਹਰ ਫਸਲ ਨੂੰ ਗੋਡੀ ਹੁੰਦੀ ਹੈ। ਜਿਹੜੀ ਫਸਲ ਨੂੰ ਗੋਡੀ ਕਰੋਗੇ ਉਹਦੀ ਜ਼ਿਆਦਾ ਪੈਦਾਵਾਰ ਹੋਊਗੀ। ਇਹ ਜਿਹੜੀ ਵੀਡੀਓ ਆ, ਜਿਹੜੇ ਮੇਰੇ ਦੋਸਤ ਬੱਚੇ ਸਕੂਲਾਂ ਵਾਲੇ ਯੂਟਿਊਬ 'ਤੇ ਦੇਖਦੇ, ਵੀਡੀਓ ਜਾਂ ਉਹ 'ਤੇ ਦੇਖਦੇ, ਇਹ ਦੂਸ ਆਪਣੇ ਜਿਹੜੇ ਪਿੰਡ ਦੇ ਵਿੱਚ ਕੰਮ ਕਰਨੇ ਵਾਲੇ ਆ ਉਹਨਾਂ ਨੂੰ ਦਿਖਾਓ ਵੀਡੀਓ, ਇਹ ਕੋਈ ਫਾਇਦਾ ਹੋ ਜੂ ਕਿਸੇ ਦਾ, ਅਤੇ ਤੁਹਾਨੂੰ ਵੀ ਇਹਦਾ ਸੁਭਾਅ ਮਿਲ ਜੂਗਾ, ਤੁਹਾਨੂੰ ਮਿਲ ਜਾਊਗਾ, ਠੀਕ ਹੈ ਨਾ। ਅਤੇ ਇਹ ਜ਼ਰੂਰ ਕਰਿਆ ਕਰੋ, ਇਹ ਵੀਡੀਓ ਅੱਗੇ ਸ਼ੇਅਰ ਕਰਿਆ ਕਰੋ। ਜੇ ਤੁਹਾਨੂੰ ਕੋਈ ਚੰਗੀ ਵੀਡੀਓ ਲੱਗਦੀ ਹੋਵੇ ਤਾਂ ਇਹਨੂੰ ਸਬਸਕ੍ਰਾਈਬ ਵੀ ਕਰ ਦਿਆ ਕਰੋ, ਜਿੰਨੀ ਜ਼ਿਆਦਾ ਸਬਸਕ੍ਰਾਈਬ ਹੋ ਜਾਊਗੀ ਉਨੇ ਜ਼ਿਆਦਾ ਲੋਕਾਂ ਕੋਲ ਪਹੁੰਚੂਗੀ, ਦੂਰ ਦੂਰ ਜਾਊਗੀ, ਅਤੇ ਇਹ ਦੂਸਰਿਆਂ ਨੂੰ ਫਾਇਦਾ ਹੋਵੇਗਾ। ਖੁਦਾ ਹਾਫਿਜ਼।